ਮੈਂ ਕਿਹਾ ਭਰ ਦਿੰਦੇ ਚੋਲੀ ਜਾਮਣ ਨਾਲ। ਚੱਪਲ ਦਿੰਦੀ ਮੇਰੀ ਪੁਰਾਣੀ ਹੋਈ ਪਈ ਜੀ। ਆ ਬੱਟ ਸਿੱਧੀ ਆਉਂਦੀ ਜੀ ਪਹਿਲਾਂ ਸਾਰੀ ਬੜਬੜ ਕੇ ਆਪਦੇ ਕਹਿੰਦੀ ਰਲਾ ਲਈ ਚੁੱਕ ਕੇ ਨਾ ਗਰਦਨ ਤੇ ਧਰ ਲਈ। ਮੈਂ ਤਾਂ ਡਰ ਗਈ, ਮੈਂ ਕਿਹਾ ਜੇ ਉੱਥੇ ਪੁਲਿਸ ਆ ਜਾਂਦੀ ਫਿਰ ਤੈ ਕੀ ਲੈਣਾ ਇਹਨਾਂ ਗੱਲਾਂ ਤੋਂ। ਇਹਨਾਂ ਤਾਂ ਲੜਾਈਆਂ ਪੜਾਈਆਂ ਹੁੰਦੀਆਂ ਰਹਿੰਦੀਆਂ ਨੇ। ਹੋਰ ਚੱਲੀ ਆ ਤਾਂ ਜੰਮਾ ਹੀ ਹੋਰ ਦੱਸ ਇਹਨੂੰ ਛੱਡ ਮੇਰੀ ਧੀ ਨੂੰ। ਨਾ ਤੂੰ ਮੇਰੀ ਧੀ ਦੇ ਮਾਰ ਰਿਹਾ ਬੇਬੇ, ਆ ਕੀ ਕਰਦਾ ਤੂੰ? ਹਾਂ ਕਰ ਤੂੰ ਜੱਗੀ ਨੂੰ ਫੋਨ ਕਰ। ਕਿਹਦਾ ਫੋਨ ਹੀ ਹੈ? ਇੱਕ ਤਾਂ ਨਾ ਫੋਨ ਜਿਹਾ ਰੱਖ ਕੇ ਪੰਗਾ ਹੀ ਹੈ। ਬੇਬੇ ਨੂੰ ਕੀ ਹੋ ਗਿਆ ਹੋਣਾ? ਹਲੇ ਅੱਧਾ ਘੰਟਾ ਤਾਂ ਹੋਇਆ ਘਰੋਂ ਨਿਕਲੇ ਨੂੰ, ਮੈਨੂੰ ਫੋਨ ਹੀ ਕਰੀ ਜਾਂਦੀ ਹੈ। ਚੱਲ ਲੇਟ ਹੋ ਰਿਹਾ, ਮੈਂ ਕੰਮ 'ਤੇ ਪਹੁੰਚ ਕੇ ਫੋਨ ਕਰੂੰਗਾ ਹੁਣ ਤਾਂ। ਬੇਬੇ ਵੀਰੇ ਤਾਂ ਫੋਨ ਕੱਟੀ ਜਾਂਦਾ, ਦੁਬਾਰਾ ਕਰ। ਬੇਬੇ ਕੱਟੀ ਜਾਂਦਾ ਵੀਰਾ ਫੋਨ, ਹਾਏ ਰੱਬਾ ਦੁਬਾਰਾ ਕਰ। ਬੇਬੇ ਕਿੰਨੇ ਕੁ ਵਾਰੀ ਕਰੀ ਜਾਵਾਂ, ਚੱਕਦਾ ਹੀ ਨਹੀਂ ਹੈਗਾ। ਇੰਨੇ ਫੋਨ ਕਰਨ ਦੀ ਕੀ ਲੋੜ ਹੈ? ਮੈਂ ਬੰਦਾ ਨਹੀਂ ਚੱਕ ਰਿਹਾ, ਕੋਈ ਕੰਮ ਹੋਊਗਾ। ਚੱਕ ਲਾ ਵੀਰੇ ਫੋਨ, ਚੱਕ ਲਾ। ਖੜ ਜਾ, ਮੈਂ ਤਾਂ ਬੇਬੇ ਨਾਲ ਹੀ ਗੱਲ ਕਰਾਂ। ਹੈਲੋ। ਹਾਂ ਰਾਣੋ। ਵੀਰੇ ਤੂੰ ਐਂ ਕਰ, ਜਲਦੀ ਤੋਂ ਜਲਦੀ ਨਾ ਭੁੱਲ ਦੀ ਮੋਟਰ ਤੇ ਆ ਜਾ। ਹੋਇਆ ਕੀ ਆ ਦੱਸ ਤਾਂ ਦੇ। ਬਸ ਤੂੰ ਆ ਜਾ ਵੀਰੇ। ਰਾਣੋ ਐ ਘਾਬਰੀ ਜੀ ਕਿਉਂ ਪਈਆਂ? ਕੋਈ ਨਾ ਕੋਈ ਨਾ, ਆਉਣਾ ਆਉਣਾ ਮੈਂ, ਕੋਈ ਨਹੀਂ, ਆ ਗਿਆ ਆ ਗਿਆ। ਹੁਣ ਇਹਨੇ ਕੀ ਕਰਤਾ ਵੀ, ਟੈਨਸ਼ਨ ਤੇ ਟੈਨਸ਼ਨ। ਬੇਬੇ ਵੀਰ ਆਉਂਦਾ ਹੈਗਾ। ਕੀ ਹੋ ਗਿਆ ਬੇਬੇ? ਵੀਰੇ ਹਾਂ ਰਾਣੋ। ਬੇਬੇ ਹਾਂ ਕੀ, ਇਹਨੂੰ ਕਿਹਨੇ ਮਾਰਿਆ? ਪੁੱਤ ਇਹ ਨਾ ਮੇਤੋਂ ਦਾ ਰਾਤੀ ਵੱਜੇ। ਪਰ ਕਿਉਂ ਬੇਬੇ, ਤੈਨੂੰ ਪਤਾ ਵੀ ਹੈ ਸਰਪੰਚ ਦਾ ਮੁੰਡਾ ਏ। ਪਰ ਪੁੱਤ ਇਹਨੇ ਨਾ ਤੇਰੀ ਭੈਣ ਨਾਲ ਗਲਤ ਹਰਕਤ ਕਰੀ ਦੇ। ਰਾਣੋ ਕੀ ਕਹਿ ਰਹੀ ਬੇਬੇ, ਸੱਚ ਕਹਿ ਰਹੀ ਹੈ? ਹਾਂ ਹਾਂ ਵੀਰੇ, ਇਹਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ। ਕੋਈ ਨਾ ਰਾਣੋ, ਤੁਸੀਂ ਫਿਕਰ ਨਾ ਕਰੋ। ਬੇਬੇ ਵਧੀਆ ਕਰਿਆ ਇਹਨੂੰ, ਸਾਲੇ ਨੂੰ ਮਾਰਤਾ। ਜੇ ਤੂੰ ਨਾ ਮਾਰਦੀ ਨਾ ਤਾਂ ਮੈਂ ਮਾਰਦਾ ਇਹਨੂੰ। ਵੀਰੇ ਇਹਨੂੰ ਤਾਂ ਮਾਰਤਾ ਹੁਣ, ਪਰ ਜੇ ਕਿਸੇ ਨੇ ਦੇਖ ਲਿਆ ਜਾਂ ਪੁਲਿਸ ਨੂੰ ਪਤਾ ਲੱਗ ਗਿਆ ਸਾਨੂੰ ਤਾਂ ਸਾਰੀ ਉਮਰ ਲਈ ਜੇਲ੍ਹ ਹੋ ਜਾਊ। ਰਾਣੋ ਤੁਸੀਂ ਡਰੋ ਨਾ, ਮੈਂ ਹੈਗਾ ਨਾ, ਕਿਸੇ ਨੂੰ ਕੁਛ ਨਹੀਂ ਪਤਾ ਲੱਗਦਾ।
ਵਧੀਆ ਕਰ ਇਹਨੂੰ ਮਾਰਦਾ ਸਾਲੇ ਨੂੰ ਪੁੱਤ ਐ ਕਰਦੀ ਆ ਮੈਂ ਪੁਲਿਸ ਨੂੰ ਸਾਰਾ ਕੁਝ ਆਪੇ ਸੱਚ ਦੱਸ ਦਿੰਦੀ ਹਾਂ ਬੇਬੇ ਤੂੰ ਪਾਗਲ ਹੋ ਗਈ ਜੇ ਪੁਲਿਸ ਨੂੰ ਪਤਾ ਲੱਗ ਗਿਆ ਨਾ ਸਾਰੀ ਉਮਰ ਜੇਲ੍ਹ 'ਚ ਸੜੋਂਗੀਆਂ ਵੀਰੇ ਫਿਰ ਹੁਣ ਕੀ ਕਰੀਏ ਆਪਾਂ ਪਹਿਲਾਂ ਤਾਂ ਹੌਲੀ ਬੋਲੋ ਜੇ ਕਿਸੇ ਨੂੰ ਆਪਣੀ ਬਾਤ ਸੁਣ ਗਈ ਨਾ ਤਾਂ ਬਹੁਤ ਨੁਕਸਾਨ ਹੋ ਜੂ ਆਪਣਾ ਤੁਸੀਂ ਐਂ ਕਰੋ ਤੁਸੀਂ ਦੋਵੇਂ ਜਣੇ ਨਾ ਚੁੱਪ ਚਾਪ ਘਰੇ ਲੰਘ ਜਾਓ ਨਹੀਂ ਨਹੀਂ ਵੀਰੇ ਤੈਨੂੰ ਅਸੀਂ ਛੱਡ ਕੇ ਕਿਵੇਂ ਜਾ ਸਕਦੇ ਮੈਂ ਕਹਿਤਨਾ ਰਾਣੋ ਤੈਨੂੰ ਮੈਂ ਫਾਲਤੂ ਨਹੀਂ ਸੁਣਨੀ ਵੀਰੇ ਅਸੀਂ ਨਹੀਂ ਜਾਂਦੀਆਂ ਸਾਰੀ ਗੱਲ ਤੇਰੇ ਤੇ ਆ ਜੂ ਘਰੇ ਲੈ ਜਾ ਬੇਬੇ ਮੇਰੇ ਮੈਂ ਨਹੀਂ ਜਾਣਾ ਮਾਂ ਮੈਂ ਹੱਥ ਜੋੜਦਾ ਤੁਹਾਡੇ ਮੂਰੇ ਤੁਸੀਂ ਜਾਓ ਚਲੋ ਚੱਲ ਰਾਣੋ ਤੇ ਭੱਜ ਜਾ ਤੂੰ ਜਾ ਬੇਬੇ ਜਾ ਮੈਂ ਹੈਗਾ ਇੱਥੇ ਆਪੇ ਦੇਖੂ ਸਾਰਾ ਚਲੋ ਤੁਸੀਂ ਰਾਣੋ ਹਾਂ ਬੇਬੇ ਪੁੱਤ ਮੇਰੇ ਤਾਂ ਦਿਲ ਜਿਹਾ ਬਹੁਤ ਘਟਦਾ ਤੇਰਾ ਵੀਰ ਅਜੇ ਤੱਕ ਨਹੀਂ ਆਇਆ ਹੈਗਾ ਬੇਬੇ ਤੂੰ ਕੀ ਕਹਿਣੀ ਆ ਮੇਰੇ ਤਾਂ ਆਪਦਾ ਕਾਲ ਜੰਮੂ 'ਚ ਆਇਆ ਪਿਆ ਵਿਚਾਰਾ ਸਵੇਰ ਦਾ ਗਿਆ ਰਾਤ ਹੋ ਗਈ ਹਾਲੇ ਤੱਕ ਨਹੀਂ ਘਰੇ ਆਇਆ ਪੁੱਤ ਬਾਹਰ ਨਿਕਲ ਕੇ ਤੂੰ ਦੇਖ ਲੈ ਕਿਤੇ ਆਉਂਦਾ ਬੇਬੇ ਜੇ ਆਊਗਾ ਤਾਂ ਸਿੱਧਾ ਘਰੇ ਆਊਗਾ ਦੋ ਤਾਂ ਗੇੜੇ ਮਾਰੇ ਤੇਰੇ ਸਾਹਮਣੇ ਪੁੱਤ ਨਹੀਂ ਮੈਂ ਦੇਖ ਕੇ ਆਵਾਂ ਨਹੀਂ ਨਹੀਂ ਬੇਬੇ ਹਾਲ ਬੇਬੇ ਉਹ ਆ ਗਿਆ ਵੀਰਾ ਵੀਰੇ ਵੀਰੇ ਤੂੰ ਆ ਗਿਆ ਤੇ ਕੀ ਬਣਿਆ ਵੀਰੇ ਰਾਣੋ ਪਾਣੀ ਲੈ ਗਿਆ ਕੀ ਹੋਇਆ ਪੁੱਤ ਵੀਰੇ ਉਹ ਗੱਲ ਤਾਂ ਦੱਸ ਦੇ ਸਾਨੂੰ ਹਾਲੇ ਜਾਣ ਬਾ ਚਲੋ ਕੋਈ ਨਾ ਬੇਬੇ ਆਪਣਾ ਅੰਦਰ ਬੈਠ ਕੇ ਗੱਲ ਕਰਦੇ ਆ ਗਲੀ 'ਚ 100 ਲੋਕ ਫਿਰਦੇ ਨੇ ਆ ਜਾ ਚਲ ਕੀ ਬਣਿਆ ਉਹਦਾ ਪੁੱਤ ਬੋਲਦਾ ਕਦੇ ਨੀ ਦੱਸ ਦੇ ਮੈਨੂੰ ਕੀ ਹੋਇਆ ਉਹਦਾ ਬੇਬੇ ਤੁਸੀਂ ਟੈਨਸ਼ਨ ਜਿਲ੍ਹਾ ਮਾਹੌਲ ਨਾ ਬਣਾਓ ਕੁਛ ਨਹੀਂ ਹੋਇਆ ਸਭ ਕੁਛ ਠੀਕ ਹੈ ਨੋਰਮਲ ਹੈ ਬਸ ਤੁਸੀਂ ਇਹ ਗੱਲ ਭੁੱਲ ਜਾਓ ਕਿ ਤੁਸੀਂ ਅੱਜ ਖੇਤ ਗਈਆਂ ਸੀ ਅਤੇ ਮੈਂ ਤੁਹਾਡੇ ਕੋਲ ਆਇਆ ਸੀ ਨਾ ਅੱਗੇ ਤੋਂ ਇਹ ਗੱਲ ਕਰਨੀ ਹੈ ਕਿਸੇ ਨੇ ਸਮਝ ਗਏ ਨਾ ਚਲੋ ਜਾ ਕੇ ਆਰਾਮ ਨਾਲ ਸੌਂ ਜਾਓ ਰੋਟੀ ਰੋਟੀ ਖਾਓ ਜਾਓ ਬੇਬੇ ਹਾਂ ਪੁੱਤ ਮੈਨੂੰ ਤਾਂ ਨਾ ਨੀਂਦ ਨਹੀਂ ਆਉਂਦੀ ਹੈਗੀ ਉਹ ਹੋਰ ਦਿਲ 'ਚ ਖਿਆਲ ਜਿਹੇ ਆਈ ਜਾਂਦੇ ਆ ਪੁੱਤ ਨੀਂਦ ਤਾਂ ਮੈਨੂੰ ਵੀ ਨਹੀਂ ਆਉਂਦੀ ਮੈਨੂੰ ਵੀ ਘਬਰਾਹਟ ਹੋਈ ਜਾਂਦੀ ਆ ਬੇਬੇ ਹੁਣ ਆਪਾਂ ਕੀ ਕਰਾਂਗੇ ਪੁੱਤ ਮੈਨੂੰ ਤਾਂ ਆਹੀ ਸੋਚ ਸੋਚ ਕੇ ਆਈ ਜਾਂਦਾ ਜਦ ਪੁਲਿਸ ਨੂੰ ਪਤਾ ਲੱਗੂ ਉਹਦੀ ਲਾਸ਼ ਬਾਰੇ ਫਿਰ ਕੀ ਬਣੂਗਾ ਨਹੀਂ ਨਹੀਂ ਬੇਬੇ ਇਹੋ ਜਿਹੇ ਖਿਆਲ ਨਾ ਸੋਚ ਮੇਰੇ ਤਾਂ ਪਹਿਲਾਂ ਹੀ ਦਿਮਾਗ 'ਚ ਪੁੱਠੇ ਸਿੱਧੇ ਜਿਹੇ ਖਿਆਲ ਆਈ ਜਾਂਦੇ ਬੇਬੇ ਹਾਂ ਪੁੱਤ ਦੇਖੀ ਦੇਖੀ ਵੀਰਾ ਤਾਂ ਜਮਾਂ ਬੇਫਿਕਰ ਹੋ ਕੇ ਸੁੱਤਾ ਪਿਆ ਜਿਵੇਂ ਕੋਈ ਗੱਲ ਹੀ ਨਹੀਂ ਹੋਈ ਹੁੰਦੀ ਹਾਂ
ਨਹੀਂ ਇਹ ਆਏ ਤਾਂ ਬੇਫਿਕਰ ਹੋ ਕੇ ਸੌਂਦਾ ਨਹੀਂ। ਚੱਲ ਫਿਰ ਪੁੱਤ ਪੈ ਜਾ ਤੂੰ। ਕੋਈ ਨਾ ਬੇਬੇ ਪੈ ਜਾ, ਤੂੰ ਪੈ ਜਾ ਜੇ। ਨਹੀਂ ਤੂੰ ਪੈ ਜਾ, ਮੈਂ ਬਹਿਨੀ ਹਾਂ, ਮੈਨੂੰ ਅਜੇ ਨੀਂਦ ਨਹੀਂ ਆਉਂਦੀ। ਕੋਈ ਨਾ ਬੇਬੇ ਮੈਂ ਬੈਠੀ ਹਾਂ ਨਾ, ਤੂੰ ਪੈ ਜਾ, ਜਮਾਂ ਫਿਕਰ ਨਾ ਕਰ। ਸੰਦੀਪ। ਹਾਂਜੀ ਬਾਪੂ ਜੀ। ਆਏ ਨਹੀਂ ਲਾਡ ਸਾਹਿਬ ਵਾਲੇ ਤੱਕ? ਨਹੀਂ ਬਾਪੂ ਜੀ, ਉਹ ਤਾਂ ਖੇਤ ਗਏ ਹੋਏ ਸੀ ਤੁਹਾਡੇ ਕੋਲੇ ਰੋਟੀ ਬਣਾਉਣ। ਮੇਰੀ ਰੋਟੀ ਖਾਓ ਮੈਨੂੰ ਪਰੌਂਠੇ ਉਹ, ਨਾਲੇ ਖੇਤ ਕਿਹਨੂੰ ਰੋਟੀ ਦੇ ਕੇ ਆਇਆ ਉਹ? ਮੈਂ ਤਾਂ ਖੇਤ ਸਵੇਰੇ ਜਦੋਂ ਗਿਆ ਤੇਰਾ ਭਰਾ ਸੀ ਖੇਤ ਇਕੱਲਾ ਉੱਥੇ, ਮੈਂ ਤਾਂ ਪੰਚਾਇਤੀ ਕੰਮ 'ਚ ਲੈ ਗਿਆ ਕਿਸੇ ਜ਼ਰੂਰੀ। ਪਰ ਬਾਪੂ ਜੀ ਉਹ ਤਾਂ ਸੁਬਾਹ ਦੇ ਗਏ ਹੋਏ ਨੇ, ਰਾਤ ਪੈ ਗਈ, ਫਿਰ ਕਿੱਥੇ ਗਏ ਹੋਣਗੇ? ਜਾਣਾ ਕਿੱਥੇ ਆ, ਪਿਆ ਹੋਊਗਾ ਕਿਤੇ ਸਮੈਕ ਵੀ ਡੱਕੀ। ਆ ਜਾਂਦੇ ਬਣਾਉਂਦਾ ਬੰਦਾ ਹੁਣ ਤਾਂ। ਕਮਾਲ ਹੈ, ਅੱਜ ਪਹਿਲੀ ਛੱਡਤੀ ਲਾਈਟ, ਕੋਈ ਭੇਤ ਹੀ ਨਹੀਂ ਆਉਂਦਾ ਯਾਰ, ਲਾਈਟ ਵਾਲਿਆਂ ਦਾ ਵੀ ਕੋਈ ਟਾਈਮ ਹੀ ਨਹੀਂ। ਜੇ ਪਹਿਲਾਂ ਆ ਜਾਂਦਾ ਆ ਜਿਹੜੀ ਸੁੱਕੀ ਪਈ ਆ ਜੀਰੀ ਇਹ 'ਚ ਫਿਰ ਜਾਂਦਾ ਪਾਣੀ, ਆਟੋਮੈਟਿਕ ਤਾਂ ਲਾ ਕੇ ਗਿਆ ਸੀ ਫਿਰ ਨਹੀਂ ਇੱਧਰ ਪਾਣੀ ਜਾਊਗਾ। ਹੁਣ ਘੰਟੇ ਨੂੰ ਲਾਈਟ ਕੱਟ ਦੇਣਗੇ, ਚੱਲ ਇੱਕ ਵਾਰ ਦੇਖਾਂ ਆਟੋਮੈਟਿਕ ਲੱਗਿਆ ਵੀ ਹੋਇਆ ਕਿ ਨਾ। ਚਾਬੀ ਉਰੇ ਰੱਖੀ ਤੀ, ਮੈਂ ਕਹਿੰਦਾ ਬਹਿ ਗਿਆ ਨਸ਼ੇੜੀ ਦਾ ਬੇੜਾ ਫਿਰ, ਸਾਲਾ ਕਦੇ ਕੋਈ ਚੀਜ਼ ਟਿਕਾਣੇ 'ਤੇ ਰਹਿਣ ਨਾ ਦੇਵੇ। ਪਰਸੋਂ ਜਿੰਦਾ ਤੋੜ ਗਿਆ, ਅਜੇ ਚਾਬੀ ਪਤਾ ਨਹੀਂ ਕਿੱਧਰ ਮਾਰੀ। ਇਹ ਨਹੀਂ ਪਤਾ ਚੀਜ਼ ਵੀ ਚੱਕ ਲੈਂਦਾ ਹੋਵੇ ਕੋਈ ਇੱਥੋਂ, ਇਹਦਾ ਵੀ ਕੋਈ ਇਲਾਜ ਕਰਨਾ ਹੀ ਪਊ ਯਾਰ ਮੈਨੂੰ। ਹੁਣ ਫਿਰ ਪਿੰਡ ਪਕਾਈ ਹੋਊਗੀ ਚਾਬੀ ਵਾਸਤੇ। ਹੈਲੋ ਬਾਪੂ ਜੀ, ਚਾਹ ਪੀ ਲਓ। ਸੰਦੀਪ। ਹਾਂਜੀ। ਉਹ ਤਾਂ ਰਾਤ ਫੇਰੀ ਕਿੰਨੇ ਵਜੇ ਆ ਗਿਆ ਸੀਗਾ? ਬਾਪੂ ਜੀ ਉਹੀ ਤਾਂ ਗੱਲ ਕਰਨੀ ਸੀ ਮੈਂ, ਮੇਰੀ ਤਰ੍ਹਾਂ ਤਾਂ ਆਇਆ ਹੀ ਨਹੀਂਗਾ। ਆਇਆ ਨਹੀਂ ਹੈਗਾ? ਮੈਂ ਤਾਂ ਫੋਨ ਵੀ ਟਰਾਈ ਕਰ ਕਰਕੇ ਵੇਖ ਲਿਆ, ਉਹਨਾਂ ਨੇ ਚੱਕਿਆ ਹੀ ਨਹੀਂ। ਮੇਰੇ ਤਾਂ ਅੱਖੇ ਨਹੀਂ ਲੱਗਦਾ ਹੈਗਾ, ਤੇਰੇ ਨਾਲ ਤਾਂ ਵਿਆਹ ਹੋਇਆ, ਤੇ ਤੂੰ ਤਾਂ ਸਮਝਾਇਆ ਕਰ ਕੁਛ ਪਤਾ ਉਹਨੂੰ। ਬਾਪੂ ਜੀ ਉਹੀ ਤਾਂ ਗੱਲ ਹੈ, ਮੈਂ ਤਾਂ ਨਾ ਸਮਝਾ ਸਮਝਾ ਕੇ ਅੱਕ ਗਈ, ਮੇਰੀ ਕਿੱਥੇ ਸੁਣਦੇ ਨੇ, ਜੇ ਤੁਹਾਡੀ ਨਹੀਂ ਸੁਣੀ ਮੇਰੀ ਕਿੱਥੇ ਸੁਣ ਲੈਣਗੇ। ਬਹੁਤ ਪਰੇਸ਼ਾਨ ਮੇਸੀ, ਕੀ ਹੋਇਆ? ਉਹ ਸਰਪੰਚ ਸਾਹਿਬ, ਉਹ ਆਪਣਾ ਹੈਰੀ ਨਹੀਂ ਆ। ਹੈਰੀ ਹਾਂ, ਕੀ ਹੋਇਆ? ਉਹ ਆਪਣੇ ਵਾਲੇ ਖੇਤਾਂ 'ਚ ਮੈਨੂੰ ਲੱਗਦਾ ਉਹਦਾ ਕਿਸੇ ਨੇ ਕਤਲ ਕਰਤਾ ਮੇਰੇ ਨਾਲ। ਸਰਪੰਚ ਸਾਹਿਬ, ਜੋ ਵੀ ਹੋਇਆ ਬਹੁਤ ਮਾੜਾ ਹੋਇਆ ਜੀ, ਪਰ ਮੈਂ ਇਸ ਸਿਲਸਿਲੇ 'ਚ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ। ਜਨਾਬ, ਇਸ ਵਕਤ ਮੈਂ ਕੋਈ ਗੱਲ ਨਹੀਂ ਕਰ ਸਕਦਾ, ਤੁਹਾਨੂੰ ਪਤਾ ਮੇਰੇ ਪੁੱਤ ਦੀ ਲਾਸ਼ ਪਈ ਆ, ਮੈਨੂੰ ਹੁਣ ਕੁਛ ਨਹੀਂ ਸੋਚ ਰਿਹਾ ਹੈਗਾ। ਅਸੀਂ ਤੁਹਾਡੇ ਦੁੱਖ ਨੂੰ ਸਮਝ ਸਕਦੇ ਹਾਂ ਜੀ, ਪਰ ਤੁਹਾਨੂੰ ਕਾਨੂੰਨ ਦਾ ਸਾਥ ਦੇਣਾ ਪਊਗਾ। ਇਹਨੂੰ ਕਿਹਨੇ ਮਾਰਿਆ, ਉੱਥੋਂ ਤੱਕ ਪਹੁੰਚਣ ਲਈ ਸਾਨੂੰ ਪੁੱਛ ਗਿੱਛ ਕਰਨੀ ਜ਼ਰੂਰੀ ਹੈ। ਜੀ
ਤੁਸੀਂ ਫਿਕਰ ਨਾ ਕਰੋ, ਅਸੀਂ ਕਤਲ ਤੱਕ ਜਲਦੀ ਪਹੁੰਚਾਂਗੇ। ਜੋ ਵੀ ਹੋਇਆ ਪੁਲਿਸ ਨੂੰ ਲੱਭ ਹੀ ਲਓ। ਰੱਬ ਮੈਂ ਤੁਹਾਡੇ ਮੂਹਰੇ ਹੱਥ ਵੱਲ ਉੱਥੇ ਬੰਦਾ ਕੋਈ ਸਵਾਲ ਜਵਾਬ ਨਾ ਕਰੋ, ਮੇਰੇ ਪੁੱਤੇ ਲਾਸ਼ ਪਈ ਆ, ਉਹਦਾ ਸੰਸਕਾਰ ਕਰ ਲੈਂਦਾ। ਮੈਨੂੰ ਕਾਨੂੰਨ ਹਰ ਤਰ੍ਹਾਂ ਤੁਹਾਡੇ ਨਾਲ ਹੈ, ਤੁਹਾਡੇ ਦੁੱਖ ਦੇ ਵਿੱਚ ਅਸੀਂ ਤੁਹਾਡੇ ਸ਼ਰੀਕ ਆ, ਪਰ ਕੋਈ ਗੱਲ ਨਹੀਂ, ਤੁਸੀਂ ਕਰੋ ਕਾਰਵਾਈ ਅਗਲੀ ਜੋ ਵੀ ਕਰਨੀ ਹੈ। ਸਾਨੂੰ ਕਤਲ ਤੱਕ ਪਹੁੰਚਣਾ ਹੀ ਹੈ। ਕਾਤਲ ਹੈਗਾ ਤਾਂ ਕਿਤੇ ਨੇੜੇ ਤੇੜੇ ਹੈ, ਪਰ ਇਹ ਜੋ ਵੀ ਹੈ ਜਿੱਥੇ ਵੀ ਹੈ ਪੁਲਿਸ ਤੋਂ ਬੜਾ ਟਾਈਮ ਬਚ ਨਹੀਂ ਸਕਦਾ, ਲੱਭ ਹੀ ਲੈਣਾ ਪਹੁੰਚਣ 'ਤੇ। ਸਰਪੰਚ ਸਾਹਿਬ, ਉਹ ਮੈਨੂੰ ਸਮਝ ਨਹੀਂ ਆਉਂਦੀ, ਹੈਰੀ ਨੂੰ ਕੌਣ ਮਾਰ ਗਿਆ? ਸਰਪੰਚ ਸਾਹਿਬ, ਅਜੇ ਤੱਕ ਤੂੰ ਕਿਸੇ ਨਾਲ ਪਿੰਡ ਵਿੱਚ ਉੱਚੀ ਨੀਵੀਂ ਗੱਲ ਨਹੀਂ ਕੀਤੀ, ਫਿਰ ਵੀ ਐਡਾ ਵੈਰ ਕਿਹਦੇ ਨਾਲ ਹੋ ਸਕਦਾ? ਜੇ ਮੈਨੂੰ ਪਤਾ ਹੁੰਦਾ ਤਾਂ ਪੁਲਿਸ ਨੂੰ ਦੱਸ ਨਾ ਦਿੰਦਾ। ਸਰਪੰਚ ਸਾਹਿਬ, ਬਾਕੀ ਅਸੀਂ ਤੇਰੇ ਨਾਲ ਖੜ੍ਹੇ ਹਾਂ, ਕਿਸੇ ਵੀ ਚੀਜ਼ ਦੀ ਲੋੜ ਹੋਈ ਦੱਸੀ, ਜੇ ਤੂੰ ਨਹੀਂ ਸਾਡੇ ਤੋਂ ਭੱਜਦਾ ਤਾਂ ਅਸੀਂ ਔਖੇ ਟਾਈਮ ਤੇਰੇ ਤੋਂ ਭੱਜ ਸਕਦੇ ਹਾਂ। ਬਿਸ਼ ਬਿਸ਼, ਹੁਣ ਤੁਹਾਡਾ ਹੀ ਸਹਾਰਾ ਮੈਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚੰਗਾ ਸਰਪੰਚ ਸਾਹਿਬ, ਮੈਂ ਚੱਲਦਾ, ਕਿਸੇ ਵੀ ਚੀਜ਼ ਦੀ ਲੋੜ ਹੋਈ ਮੈਨੂੰ ਦੱਸਿਓ। ਠੀਕ ਆ ਬਾਈ, ਠੀਕ। ਚੰਗਾ ਬਾਈ। ਸਰਪੰਚ ਸਾਹਿਬ, ਵੈਸੇ ਜ਼ਿਆਦਾ ਤਾਂ ਨਹੀਂ ਕੁਛ ਪਤਾ ਲੱਗਿਆ ਜੀ, ਪਰ ਪੋਸਟਮਾਰਟਮ ਦੀ ਰਿਪੋਰਟ 'ਚ ਜ਼ਰੂਰ ਕਲੀਅਰ ਹੋਇਆ ਕਿ ਤੁਹਾਡੇ ਬੇਟੇ ਦੇ ਦਾਤੀਆਂ ਮਾਰ ਮਾਰ ਕੇ ਕਤਲ ਕੀਤਾ ਗਿਆ। ਉਹਦੇ ਗਲੇ ਦੇ ਉੱਤੇ ਬਹੁਤ ਗੰਭੀਰ ਨਿਸ਼ਾਨ ਸੀ। ਅਤੇ ਇੱਕ ਗੱਲ ਹੋਰ, ਮੈਨੂੰ ਐਂ ਲੱਗਦਾ ਵੀ ਕਤਲ ਦੇ ਵਿੱਚ ਸ਼ਾਇਦ ਕੋਈ ਔਰਤ ਸੀ, ਕਿਉਂਕਿ ਉਹਦੇ ਗਲੇ ਦੇ ਵਿੱਚੋਂ ਨੌਹਾਂ ਦੇ ਨਿਸ਼ਾਨ ਵੀ ਮਿਲੇ ਆ। ਇੰਸਪੈਕਟਰ ਸਾਹਿਬ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਨਿਸ਼ਾਨ ਕਿਸੇ ਔਰਤ ਦੇ ਆ? ਕੀ ਪਤਾ ਕੋਈ ਮਰਦ ਵੀ ਤਾਂ ਹੋ ਸਕਦਾ। ਜੇ ਮਰਦ ਹੁੰਦਾ ਤਾਂ ਜੀ ਨੌਹ ਇੰਨੇ ਲੰਬੇ ਨਹੀਂ ਸੀ ਹੋਣੇ, ਔਰਤ ਦੇ ਨੌਹ ਸੀ। ਖੈਰ, ਪੁਲਿਸ ਉਹਦੀ ਕਾਰਵਾਈ ਕਰ ਰਹੀ ਹੈ, ਜਿਵੇਂ ਸਾਨੂੰ ਕੋਈ ਪਤਾ ਲੱਗਦਾ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਤੁਹਾਨੂੰ ਲੱਗਦਾ ਕੋਈ ਕਿਸੇ ਨਾਲ ਉਹਦੀ ਕਿਸੇ ਵੀ ਤਰ੍ਹਾਂ ਦੀ ਖੁੰਦਕ ਹੋਵੇ ਜੀ? ਨਹੀਂ ਇੰਸਪੈਕਟਰ ਸਾਹਿਬ, ਸਾਡੀ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਹੈ। ਇੰਸਪੈਕਟਰ ਸਾਹਿਬ, ਹੱਥ ਬੰਨ ਕੇ ਭੇਜ ਦੇ ਸਾਡੇ ਤੇ, ਜਿਹੜੇ ਹਿਸਾਬ ਨਾਲ ਹੈਰੀ ਨੂੰ ਮਾਰਿਆ ਗਿਆ ਜੀ, ਸੰਤਨ ਸਾਹਿਬ ਚੰਗੇ ਜਲਦੀ ਜਲਦੀ। ਕੋਈ ਗੱਲ ਨਹੀਂ ਜੀ, ਕਾਤਲ ਬਹੁਤ ਜਲਦੀ ਸਾਡੇ ਹੱਥਾਂ 'ਚ ਹੋਊਗਾ। ਚਲੋ ਮੈਂ ਚੱਲਦਾ ਸਰਪੰਚ ਸਾਹਿਬ। ਚਾਹ ਪਾਣੀ ਪੀ ਜਾਂਦੇ ਇੰਸਪੈਕਟਰ? ਬਸ ਜੀ ਬਸ। ਸੰਦੀਪ ਪੁੱਤ, ਤੂੰ ਮੈਨੂੰ ਇੰਸਪੈਕਟਰ ਸਾਹਿਬ ਦੱਸਣ ਕਿਉਂ ਦਿੱਤਾ ਕਿ ਆਪਣੇ ਹੀਰੇ ਦਾ ਕਤਲ ਵਿੱਕੀ ਆ? ਬਾਪੂ ਜੀ, ਮੈਂ ਮੰਨਦੀ ਹਾਂ ਵਿੱਕੀ ਵੀਰੇ ਨਾਲ ਆਪਣੀ ਲਾਗਡਾਟ ਹੈਗੀ, ਪਰ ਮੈਨੂੰ ਇੰਨਾ ਤਾਂ ਯਕੀਨ ਹੈਗਾ ਵਿੱਕੀ ਵੀਰੇ ਐਨੀ ਘਟੀਆ ਹਰਕਤ ਨਹੀਂ ਕਰੂਗਾ। ਘਟੀਆ ਹਰਕਤ? ਉਹ ਤੈਨੂੰ ਚੰਗੀ ਤਰ੍ਹਾਂ ਪਤਾ ਆ ਕਿ ਉਹ ਬੱਚ ਪਿੱਛੇ ਰੋਜ਼ ਲੜਾਈ ਕਰਦੇ ਸੀ ਉਹਦੇ ਨਾਲ। ਦੋ ਤਿੰਨ ਵਾਰ ਤਾਂ ਭੈਣੇ ਮੈਂ ਦੇਖੇ ਲੜਦੇ ਹੋ, ਮੈਂ ਹੱਡਾ ਅੱਗੇ ਵੀ ਆਇਆ ਉਹਨਾਂ ਨੂੰ। ਤੂੰ ਮੰਨਦੇ ਕਿ ਉਹਨੇ ਜ਼ਮੀਨ ਪਿੱਛੇ ਕੁਛ ਵੀ ਕਰ ਸਕਦੇ ਨੇ? ਜਿਹੜੇ ਹਿਸਾਬ ਨਾਲ ਇੰਸਪੈਕਟਰ ਸਾਹਿਬ ਦੱਸ ਕੇ ਗਏ ਆ, ਵਿੱਕੀ ਵੀਰੇ ਨੇ ਇਹ ਕਤਲ ਨਹੀਂ ਕੀਤਾ। ਹੋਵੇ ਨਾ ਹੋਵੇ, ਕਾਤਿਲ ਕੋਈ ਹੋਰ ਆ।
ਬੇਬੇ ਕਿਹੜੀਆਂ ਸੋਚਾਂ 'ਚ ਪਈ ਪਈਆਂ? ਬਸ ਪੁੱਤ ਮੇਰੇ ਤਾਂ ਉਹੀ ਗੱਲ ਦਿਮਾਗ 'ਚੋਂ ਨਹੀਂ ਜਾਂਦੀ। ਬੇਬੇ ਉਹੀ ਨਾ ਬਾਲਾ ਸੋਚੀ ਜਾ, ਜੇ ਕੋਈ ਗੱਲਬਾਤ ਹੁੰਦੀ ਦੋ ਦਿਨ ਲੰਘ ਗਏ, ਹੁਣ ਨੂੰ ਤਾਂ ਫਿਰ ਆਪਣਾ ਪੁਲਿਸ ਲੈ ਜਾਂਦੀ। ਜੇ ਆਪਣੇ ਖਿਲਾਫ਼ ਕੋਈ ਪ੍ਰੂਫ ਹੀ ਨਹੀਂ ਮਿਲਿਆ ਫਿਰ ਤੂੰ ਉਹੀ ਸੋਚੀ ਜਾਂਦੀ ਆ। ਕੀ ਕਰਾਂ ਪੁੱਤ ਮੈਂ, ਮੇਰਾ ਤਾਂ ਨਾ ਦਿਮਾਗ ਬਸ ਮੁੜੇ ਘੜੇ ਉਹੀ ਗੱਲ 'ਤੇ ਜਾਈ ਜਾਂਦਾ। ਬੇਬੇ ਫਿਰ ਤੂੰ ਦੁਬਾਰਾ ਉਹੀ ਗੱਲਾਂ ਲੈ ਕੇ ਬਹਿ ਗਈ। ਨਾਲੇ ਤੈਨੂੰ ਵੀਰੇ ਨੇ ਕਿਹਾ ਵੀ ਅੱਜ ਤੋਂ ਬਾਅਦ ਇਹੋ ਜਿਹੀ ਗੱਲ ਘਰੇ ਕਰਨੀ ਨਹੀਂ ਹੈਗੀ, ਆਪਦਾ ਕੰਮ 'ਚ ਧਿਆਨ ਦਿਓ। ਤੂੰ ਫਿਰ ਉਹੀ ਗੱਲਾਂ 'ਚ ਧਿਆਨ ਰੱਖੇ ਬੈਠੀ ਆ। ਉਹ ਫੜਾ ਲੱਗਣਾ ਹੁੰਦਾ ਬੇਬੇ, ਬਾਹਰ ਗੇਟ ਖੜਕਦਾ। ਮੈਂ ਦੇਖਦੀ ਹਾਂ, ਕੋਈ ਨਾ। ਬੇਬੇ ਨੂੰ ਭੇਜਦੀ ਹਾਂ, ਨਾਲੇ ਪਾਣੀ ਲੈ ਕੇ ਆਉਣੀ ਆ। ਬੇਬੇ ਪੁਲਿਸ ਆਈ ਆਪਣੇ ਘਰ, ਮੈਨੂੰ ਤਾਂ ਡਰ ਲੱਗਦਾ। ਬੇਬੇ ਡਰਨਾ, ਤੂੰ ਉਹਨਾਂ ਕੋਲ ਜਾ। ਨਾ ਪੁੱਤ ਮੈਂ ਨਹੀਂ ਜਾਂਦੀ ਇੱਥੇ। ਬੇਬੇ ਜਾਂਦੀ ਕਿਉਂ ਨਹੀਂ? ਉਹਨਾਂ ਨੂੰ ਸ਼ੱਕ ਹੋ ਜੂ ਆਪਣੇ 'ਤੇ। ਤੈਨੂੰ ਮੈਂ ਕਹਿ ਦਿੰਦਾ ਤੂੰ ਜਾ ਕੇ ਬੈਠ, ਮੈਂ ਪਾਣੀ ਲੈਣ ਦੇ ਬਹਾਨੇ ਆਈ ਹਾਂ ਅਤੇ ਮੈਂ ਵੀਰੇ ਨੂੰ ਫੋਨ ਕਰਦੀ ਹਾਂ। ਨਾ ਪੁੱਤ ਮੈਂ ਨਹੀਂ ਜਾਣਾ ਉਹਦੇ ਕੋਲ। ਬੇਬੇ ਮੰਨਿਆ ਕਰ, ਜਾ ਉਹਨਾਂ ਕੋਲ ਜਾ ਕੇ ਬੈਠ, ਐਂ ਤਾਂ ਤੂੰ ਸ਼ੱਕ ਕਰਵਾਏਂਗੀ ਉਹਨਾਂ ਨੂੰ ਆਪਣੇ 'ਤੇ। ਜਾ ਜਲਦੀ ਜਾ, ਮੈਂ ਕਰਦੀ ਹਾਂ। ਵੀਰੇ ਨੂੰ ਫੋਨ ਲਾ ਕੇ ਕਹਿਣੇ ਵੀ ਜਲਦੀ ਘਰ ਆ ਜਾ। ਵੀਰੇ ਫੋਨ ਚੱਕ ਦੁਬਾਰਾ। ਹੈਲੋ ਵੀਰੇ, ਤੂੰ ਜਲਦੀ ਘਰ ਆ ਜਾ, ਆਪਣੇ ਘਰ ਨਾ ਪੁਲਿਸ ਆਈ ਬੈਠੀ ਹੈ। ਸਤਿ ਸ਼੍ਰੀ ਅਕਾਲ ਮਾਤਾ ਜੀ। ਬੇਬੇ ਕਤਲ ਹੋ ਗਿਆ ਤੁਹਾਡੇ ਪਿੰਡ 'ਚ? ਸਾਨੂੰ ਤਾਂ ਪਤਾ ਨਹੀਂ ਜੀ। ਕੋਈ ਗੱਲ ਨਹੀਂ ਬੇਬੇ ਜੀ, ਘਬਰਾਉਣ ਦੀ ਲੋੜ ਨਹੀਂ ਹੈ। ਮੈਂ ਤਾਂ ਬਸ ਇਹ ਦੱਸਣਾ ਆਇਆ ਕਿ ਤੁਹਾਡੇ ਪਿੰਡ ਦੇ ਵਿੱਚ ਇਨਕੁਆਇਰੀ ਚੱਲ ਰਹੀ ਹੈ, ਤਾਂ ਹੀ ਕਰਕੇ ਅਸੀਂ ਤੁਹਾਡੇ ਘਰ ਦੇ ਵਿੱਚ ਵੀ ਆਏ ਹਾਂ। ਅਤੇ ਇੱਕ ਬੇਨਤੀ ਹੈ ਕਿ ਜੇ ਤੁਹਾਨੂੰ ਕੁਛ ਵੀ ਪਤਾ ਲੱਗੇ ਨਾ ਇਸ ਕਤਲ ਦੇ ਬਾਰੇ ਤਾਂ ਸਾਨੂੰ ਜ਼ਰੂਰ ਦੱਸਿਓ। ਕੋਈ ਗੱਲ ਨਹੀਂ ਜੀ, ਜੇ ਸਾਨੂੰ ਪਤਾ ਲੱਗਿਆ ਨਾ ਅਸੀਂ ਕੋਈ ਨਾ ਦੱਸ ਦਾਂਗੇ। ਹੈਲੋ ਸਰ, ਪਾਣੀ। ਤੁਸੀਂ ਇੱਥੇ ਕਿਵੇਂ? ਉਹ ਅਸੀਂ ਸਰਪੰਚ ਦੇ ਮੁੰਡੇ ਦੇ ਕਤਲ ਦੇ ਕੇਸ 'ਚ ਪੁੱਛ ਗਿੱਛ ਕਰਨ ਆਏ ਹਾਂ। ਫਿਰ ਜਨਾਬ ਤੁਸੀਂ ਸਰਪੰਚ ਦੇ ਘਰ ਜਾਣਾ ਸੀ, ਇੱਥੇ ਕੀ ਕਰਨ ਆਏ ਹੋ? ਸਾਨੂੰ ਪਤਾ ਲੱਗਿਆ ਸਰਪੰਚ ਦੇ ਮੁੰਡੇ ਦਾ ਜਿੱਥੇ ਕਤਲ ਹੋਇਆ ਨਾ, ਤੇਰੀ ਮਾਂ ਅਤੇ ਤੇਰੀ ਭੈਣ ਉੱਥੇ ਪੱਠੇ ਪੜ ਰਹੀਆਂ ਸੀ, ਇਹਨਾਂ ਤੋਂ ਪੁੱਛ ਗਿੱਛ ਕਰਨ ਆਏ ਹਾਂ। ਜਨਾਬ ਪੱਠੇ ਪੜਨ ਤਾਂ ਰੋਜ਼ ਹੀ ਜਾਂਦੀਆਂ ਨੇ ਜੀ, ਉਸ ਦਿਨ ਕਿਹੜਾ ਕੋਈ ਪਹਿਲੀ ਵਾਰ ਗਈਆਂ ਸੀ। ਇਸ ਲਈ ਤਾਂ ਪੁੱਛਣਾ ਹੈ। ਦੱਸੋ ਮਾਤਾ ਜੀ, ਤੁਸੀਂ ਸਰਪੰਚ ਦੇ ਮੁੰਡੇ ਨੂੰ ਕਿਸੇ ਨਾਲ ਮਿਲਦੇ ਜਾਂ ਕਿਸੇ ਨਾਲ ਲੜਦੇ ਜਾਂ ਕੋਈ ਗੱਲਬਾਤ ਕਰਦੇ ਦੇਖਿਆ? ਇੰਸਪੈਕਟਰ ਸਾਹਿਬ, ਇਹ ਤਾਂ ਆਪਦਾ ਕੰਮ ਜਾਂਦੀਆਂ ਨੇ ਜੀ, ਅਤੇ ਸਿੱਧਾ ਘਰ ਆ ਜਾਂਦੀਆਂ ਨੇ। ਨਾਲੇ ਉਸ ਦਿਨ ਇਹ ਪਤਾ ਲੱਗਿਆ ਸੀ ਕਿ ਵਿੱਕੀ ਅਤੇ ਹੈਰੀ ਦੀ ਲੜਾਈ ਹੋਈ ਸੀ। ਜਦੋਂ ਮੈਂ ਇਹਨਾਂ ਨੂੰ ਘਰ ਆ ਕੇ ਪੁੱਛਿਆ ਇਹ ਕਹਿੰਦੇ ਮੈਨੂੰ ਤਾਂ ਕੁਛ ਨਹੀਂ ਪਤਾ। ਵਿੱਕੀ ਅਤੇ ਹੈਰੀ ਦੀ ਲੜਾਈ,
ਪਰ ਸਰਪੰਚ ਨੇ ਤਾਂ ਇਸ ਬਾਰੇ ਕੁਝ ਨਹੀਂ ਦੱਸਿਆ ਤੁਹਾਨੂੰ। ਇੰਸਪੈਕਟਰ ਸਾਹਿਬ, ਮੈਨੂੰ ਤਾਂ ਲੱਗਿਆ ਕਿ ਤੁਸੀਂ ਇਸ ਕੇਸ ਬਾਰੇ ਛਾਣਬੀਣ ਕਰ ਰਹੇ ਹੋ, ਤੁਹਾਨੂੰ ਪਤਾ ਹੋਊਗਾ। ਠੀਕ ਹੈ, ਕੋਈ ਨਹੀਂ, ਜੇ ਲੋੜ ਪਈ ਤਾਂ ਦੁਬਾਰਾ ਆਵਾਂਗੇ ਅਸੀਂ। ਕੋਈ ਗੱਲ ਨਹੀਂ ਇੰਸਪੈਕਟਰ। ਵੈਸੇ ਇੱਕ ਗੱਲ ਹੋਰ, ਕਤਲ ਦਾਤੀ ਨਾਲ ਹੋਇਆ ਅਤੇ ਪੱਠੇ ਵੱਢਣ ਤੇਰੀ ਮਾਂ ਅਤੇ ਤੇਰੀ ਭੈਣ ਗਈਆਂ ਸੀ ਅਤੇ ਦਾਤੀ ਇਹਨਾਂ ਕੋਲ। ਜਨਾਬ, ਮੈਂ ਤੁਹਾਨੂੰ ਪਹਿਲੀ ਦੱਸ ਕੇ ਹਟਿਆ ਜੀ, ਇਹ ਤਾਂ ਆਪਦਾ ਸਿੱਧਾ ਕੰਮ ਜਾਂਦੀਆਂ ਨੇ, ਸਿੱਧਾ ਘਰ ਆ ਜਾਂਦੀਆਂ ਨੇ ਜੀ। ਨਾਲੇ ਜਨਾਬ, ਦਾਤੀਆਂ ਤਾਂ ਘਰੋਂ ਘਰੀ ਪਈਆਂ ਨੇ ਜੀ, ਖੇਤਾਂ 'ਚ ਵੀ ਆਮ ਹੀ ਪਈਆਂ ਹੁੰਦੀਆਂ ਨੇ, ਨਾਲੇ ਸਾਡੀ ਦਾਤੀ ਤਾਂ ਉਹ ਪਈ ਜੀ ਸਾਹਮਣੇ। ਬਾਕੀ ਜਿੰਨਾ ਕੁ ਸਾਨੂੰ ਪਤਾ ਸੀ ਸਾਨੂੰ ਦੱਸਤਾ, ਜੇ ਕੁਛ ਹੋਰ ਪਤਾ ਲੱਗਦਾ ਉਹ ਵੀ ਜ਼ਰੂਰ ਦੱਸਾਂਗੇ ਜਨਾਬ। ਉਮੀਦ ਕਰਦਾ ਕੋਆਪਰੇਟ ਕਰੂੰਗੇ, ਅਤੇ ਨਾਲੇ ਕੁਛ ਪੁੱਛਣ ਦੀ ਲੋੜ ਪੈਗੀ ਨਾ ਤਾਂ ਥਾਣੇ ਬੁਲਾਊਂਗਾ। ਠੀਕ ਹੈ ਜਨਾਬ। ਬਣਦਾ ਰਿਹਾ, ਦੇਖਦੇ ਹਾਂ ਕੀ ਬਣਦਾ ਅੱਗੇ। ਬੇਬੇ, ਇਹ ਤੁਸੀਂ ਮੈਨੂੰ ਐਂ ਦੱਸੋ, ਤੁਸੀਂ ਇਹਨਾਂ ਘਬਰਾ ਕਾ ਤੋਂ ਜਾਨੀ ਹੋ? ਜੇ ਬੰਦੇ ਨੂੰ ਸ਼ੱਕ ਨਾ ਵੀ ਹੋਵੇ ਨਾ, ਤੁਸੀਂ ਫਿਰ ਵੀ ਕਰਵਾ ਦੋਗੀਆਂ? ਮੇਰੇ ਡਰ ਤਾਂ ਲੱਗਦਾ ਹੀ ਹੈ ਨਾ ਹੁਣ। ਆਹੋ, ਜਦੋਂ ਮੈਂ ਕਹਿ ਤਾ ਵੀ ਤੁਹਾਨੂੰ ਨਹੀਂ ਕੁਛ ਹੁੰਦਾ, ਉਈਂ ਬਸ। ਤੂੰ ਤਾਂ ਕਹਿੰਦਾ ਸੀ ਮੈਂ ਸਾਰਾ ਕੁਛ ਸਾਂਭਿਆ ਆ, ਪਰ ਉਹਨਾਂ ਨੂੰ ਦਾਤੀ ਕਿੱਥੋਂ ਮਿਲ ਗਈ ਫਿਰ? ਬੇਬੇ, ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ, ਤੁਸੀਂ ਬਸ ਜ਼ਿਆਦਾ ਸੋਚਿਆ ਨਾ ਕਰੋ। ਵੀਰੇ, ਜਿਹੜੀ ਉਹਨਾਂ ਨੂੰ ਦਾਤੀ ਮਿਲੀ ਆ, ਕਿਤੇ ਉਹਨਾਂ ਨੂੰ ਐਂ ਤਾਂ ਨਹੀਂ ਪਤਾ ਲੱਗਦਾ ਵੀ ਕਤਲ ਆਪਾਂ ਹੀ ਕੀਤਾ? ਰਾਣੋ, ਦਾਤੀ 'ਤੇ ਕਿਹੜਾ ਨਾਮ ਲਿਖਿਆ ਹੋਇਆ, ਕਿਹੜਾ ਪਤਾ ਲੱਗ ਜੂ ਉਹਨਾਂ ਨੂੰ? ਰਾਣੋ, ਹਾਂਜੀ ਵੀਰੇ, ਇੱਕ ਗੱਲ ਦੱਸ, ਮੇਰਾ ਟਿਫਨ ਤਾਂ ਲਿਆਏ ਸੀ ਨਾ ਉੱਥੋਂ ਤੂੰ? ਵੀਰੇ, ਤੁਸੀਂ ਰਾਤ ਆਪ ਹੀ ਲਿਆਏ ਸੀ ਟਿਫਨ ਤਾਂ? ਹਾਂ, ਤਾਂ ਮੈਂ ਹੀ ਲਿਆਇਆ ਸੀ। ਚੱਲ ਠੀਕ ਹੈ। ਸਰਪੰਚ ਸਾਹਿਬ, ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਹਾਂਜੀ ਦੱਸੋ ਇੰਸਪੈਕਟਰ ਸਾਹਿਬ, ਕੀ ਗੱਲ ਕਰ ਰਹੀ ਹਾਂ? ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕਿ ਤੁਹਾਡਾ ਵਿੱਕੀ ਦੇ ਨਾਲ ਕੋਈ ਝਗੜਾ ਚੱਲਦਾ। ਵਿੱਕੀ ਨਾਲ? ਇੰਸਪੈਕਟਰ ਸਾਹਿਬ, ਮੈਂ ਮੰਨਦੀ ਹਾਂ ਵਿੱਕੀ ਨਾਲ ਸਾਡੀ ਲਾਗ ਡੱਟ ਹੈਗੀ ਸੀਗੀ, ਪਰ ਥੋੜ੍ਹੇ ਵੱਟ ਦੇ ਰੋਲੇ ਪਿੱਛੇ ਉਹ ਆਪਦੀ ਭਾਬੀ ਦਾ ਹਿਸਾਬ ਵਿਚਾੜ ਦੂਗਾ, ਇਹ ਨਹੀਂ ਹੋ ਸਕਦਾ। ਸੰਦੀਪ, ਉੱਥੋਂ ਜਾ ਕੇ ਰਸੋਈ ਦਾ ਕੰਮ ਕਰ ਕਰ, ਸਾਨੂੰ ਗੱਲ ਕਰ ਕਰ ਦੇ। ਜਾ ਸੁਣ ਲਾ ਇੰਸਪੈਕਟਰ ਸਾਹਿਬ, ਮੈਂ ਤੁਹਾਨੂੰ ਦੱਸਣਾ ਹੀ ਸੀਗਾ, ਵਿੱਕੀ ਸਾਡੇ ਮੇਰੇ ਹੈਰੀ ਨਾਲ ਰੋਜ਼ ਨਾਲ ਨਿੱਤ ਲੜਾਈ ਝਗੜਾ ਕਰਦਾ ਰਹਿੰਦਾ ਸੀ। ਉਹ ਬੱਟ ਹੌਲੀ ਹੌਲੀ ਪੜਦਾ ਪੜਦਾ ਜ਼ਮੀਨ ਅੱਧੀ ਸਾਡੀ ਦੱਬ ਕੇ ਰਹਿ ਗਿਆ, ਇੱਥੋਂ ਤੱਕ ਕਿ ਮੋਟਰ ਦੀ ਚਾਬੀ ਵੀ ਆਪਣੇ ਕੋਲ ਰੱਖਦਾ ਸੀਗਾ, ਜੇ ਮੰਗਦੇ ਤਾਂ ਲੜਾਈ ਝਗੜਾ ਕਰਦਾ ਸੀਗਾ। ਹੁਣ ਉਹਨੇ ਮੋਟਰ 'ਤੇ ਵੀ ਕਬਜ਼ਾ ਕਰ ਰੱਖਿਆ, ਅੱਧੀ ਜ਼ਮੀਨ 'ਤੇ ਕਬਜ਼ਾ ਕਰ ਰੱਖਿਆ ਸਾਡੀ 'ਤੇ, ਮੈਨੂੰ ਤਾਂ ਪੂਰਾ ਸ਼ੱਕ ਹੈ ਜੀ ਉਹਨੇ ਕਤਲ ਕੀਤਾ ਹੋਣਾ ਮੇਰੇ ਪੁੱਤ ਦਾ। ਹੋ ਸਕਦਾ, ਪਰ ਲੋਕਾਂ ਨੇ ਤਾਂ ਕਿਹਾ ਕਿ ਕਬਜ਼ਾ ਤੁਸੀਂ ਕੀਤਾ ਹੋਇਆ ਉਹਦੀ ਥਾਂ 'ਤੇ। ਉਹ ਜਨਾਬ, ਤੁਸੀਂ ਮਿੰਤੀ ਮਾਰ ਕੇ ਦੇਖ ਲਓ, ਸਾਡੀ ਜ਼ਮੀਨ 'ਤੇ ਉਹਨੇ ਕਬਜ਼ਾ ਕਰ ਰੱਖਿਆ। ਕੋਈ ਗੱਲ ਨਹੀਂ, ਕਬਜ਼ਾ ਕਿਹਨੇ ਕੀਤਾ ਇਹ ਤਾਂ ਗੱਲ ਬਾਅਦ ਦੀ ਹੈ, ਪਰ ਹੁਣ ਤਾਂ ਇਸ ਮਤਲਬ ਤੱਕ ਹੈ ਕਿ ਕਤਲ ਕਿਹਨੇ ਕੀਤਾ ਅਤੇ ਆਪਾਂ ਕਾਤਲ ਫੜਨਾ। ਕੋਈ ਗੱਲ ਨਹੀਂ ਸਰਪੰਚ ਸਾਹਿਬ, ਮੈਂ ਕਰਦਾ ਉਹਦੇ ਨਾਲ ਪੁੱਛ ਗਿੱਛ ਫਿਰ। ਠੀਕ ਹੈ ਜੀ। ਆਹ ਬੱਲੇ ਹੋਏ ਤੇਰੇ, ਸਾਰੇ ਗੁਆਂਢੀਆਂ ਨੂੰ ਕੱਟ ਗਿਆ ਜੀਰੀ ਲਾ ਕੇ, ਚੱਕ ਲਓ ਰਿਵਾਲਵਰ, ਰਫਲਾਂ ਵੀ ਕਬਜ਼ਾ ਲੈਣ ਆਏ। ਹਾਂ ਵੀ, ਕਿਤਾ ਠਾਠਾਂ ਮਾਰਦੀ ਜਾਂਦੀ ਹੈ ਜੀਰੀ, ਕਿੱਥੇ ਲੈਣਾ ਕਬਜ਼ਾ ਫਿਰ?
ਉਹ ਆਓ ਜੀ ਥਾਣੇਦਾਰ ਸਾਹਿਬ, ਬਸ ਕਬਜ਼ੇ ਕਬਜ਼ੇ ਕਾਹਨੂੰ ਲੈਣੇ ਨੇ ਜੀ। ਜੱਟਾਂ ਜ਼ਿਮੀਂਦਾਰਾਂ ਦੀ ਜਦੋਂ ਫਸਲ ਚੰਗੀ ਨਿਕਲ ਆਵੇ ਦਿਲ ਤਾਂ ਖੁਸ਼ ਹੁੰਦੀ ਹੈ, ਤਾਂ ਹੀ ਗਾਣੇ ਗਾਈ ਜਾਂਦਾ ਜੀ। ਖੁਸ਼ ਤਾਂ ਦਿਲ ਤੇਰਾ ਊਂ ਵੀ ਹੁੰਦਾ ਹੁਣ ਵੀ ਤੈਨੂੰ ਹਿੱਸਾ ਜੋ ਮਿਲਣ ਵਾਲਾ ਤੇਰੇ ਸ਼ਰੀਕ ਦਾ। ਤੁਸੀਂ ਕੀ ਗੱਲ ਕਰਨਾ ਜੀ, ਸਿੱਧੀ ਸਿੱਧੀ ਗੱਲ ਹੀ ਕਰ ਲਓ ਮੇਰੇ ਨਾਲ ਤਾਂ ਵਧੀਆ। ਗੱਲ ਤਾਂ ਐਂ ਕਰਦੇ ਤੂੰ ਜਿਵੇਂ ਤੈਨੂੰ ਕੁਛ ਪਤਾ ਹੀ ਨਹੀਂ ਹੁੰਦਾ, ਤੇਰੇ ਚਾਚੇ ਦੇ ਮੁੰਡੇ ਦਾ ਕਤਲ ਹੋ ਗਿਆ। ਹਾਂ ਉਹ ਗੱਲ ਦਾ ਪਤਾ ਜੀ ਮੈਨੂੰ, ਅਤੇ ਪੁਲਿਸ ਨੂੰ ਸਿੱਧਾ ਸਿੱਧਾ ਸ਼ੱਕ ਤੇਰੇ 'ਤੇ ਹੈ ਵੀ ਕਤਲ ਤੈਂ ਕੀਤਾ। ਮੈਂ ਕਤਲ ਜੀ? ਮੈਂ ਕਾਹਦੇ ਵਾਸਤੇ ਕਤਲ ਕਰਨਾ ਥਾਣੇਦਾਰ ਸਾਹਿਬ? ਕਬਜ਼ੇ ਲੈਣ ਦੀਆਂ ਗੱਲਾਂ ਹੁਣ ਕਰੀ ਜਾਂਦਾ, ਉੱਦਾਂ ਵੀ ਮੋਟਰ ਨੂੰ ਤੂੰ ਜੰਡਾ ਹੀ ਲਾ ਕੇ ਰੱਖਦਾ। ਥਾਣੇਦਾਰ ਸਾਹਿਬ ਇਹ ਮੋਟਰ ਸਾਡੀ ਸਾਂਝੀ ਹੈ। ਹਾਂ ਮੈਂ ਮੰਨਦਾ ਜਿੰਨਾ ਲਾ ਕੇ ਰੱਖਦਾ ਇਹਨੂੰ, ਪਰ ਉਹਦੇ ਕਤਲ ਵਾਲੀ ਜਿਹੜੀ ਗੱਲ ਕਰਦੇ ਤੁਸੀਂ ਉਹਦੇ ਨਾਲ ਮੇਰਾ ਕੋਈ ਦੇਣਾ ਲੈਣਾ ਨਹੀਂ। ਦੇਣਾ ਲੈਣਾ ਤਾਂ ਹੈਗਾ ਹੀ ਆ, ਜੱਟ ਨੂੰ ਜ਼ਮੀਨ ਜੋ ਚਾਹੀਦੀ ਹੁੰਦੀ ਹੈ, ਅਤੇ ਤੈਨੂੰ ਵੀ ਇਹ ਹੈ ਕਿ ਮੈਂ ਆਪਦੇ ਚਾਚੇ ਦੇ ਮੁੰਡੇ ਦੀ ਜ਼ਮੀਨ ਵੀ ਨੱਪਾਂ, ਇਕੱਲਾ ਇਕੱਲਾ ਮਾਰ ਤਾਂ ਦਿੱਤਾ ਹੀ ਉਹ। ਐਡਾ ਵੀ ਗਿਰਿਆ ਹੋਇਆ ਨਹੀਂ ਜੀ ਮੈਂ, ਜੋ ਮਰਿਆ ਤਾਂ ਆਪਦੇ ਲੱਛਣਾਂ ਕਰਕੇ ਮਰਿਆ, ਸਿਰੇ ਤਾਂ ਨਸ਼ੇੜੀ ਬੰਦਾ ਸੀ ਉਹ। ਆ ਜਿਹੜੀ ਸਾਂਝੀ ਮੋਟਰ ਦੀ ਗੱਲ ਕਰਦੇ ਨਾ ਤੁਸੀਂ, ਬੜੀ ਵਾਰ ਆ ਕੇ ਇੱਥੇ ਨਸ਼ਾ ਪੱਤਾ ਕਰਦਾ ਰਿਹਾ, ਕਿੰਨੀ ਵਾਰ ਮੇਰੀ ਗੈਰ ਹਾਜ਼ਰੀ ਜਿੰਦਾ ਤੋੜਿਆ ਉਹਨੇ। ਮੈਂ ਤਾਂ ਕਰਕੇ ਲੜਦਾ ਰਹਿੰਦਾ ਸੀ ਉਹਦੇ ਨਾਲ ਵੀ ਭਾਈ ਮੇਰੀ ਮੋਟਰ 'ਤੇ ਨਾ ਆਇਆ ਕਰ। ਬਾਕੀ ਜਿਹੜੀ ਗੱਲ ਕਤਲ ਦੀ ਕਰਦੇ ਹੋ ਨਾ ਤੁਸੀਂ, ਤਨਖਾਹ ਤੁਸੀਂ ਲੈਂਦੇ ਜੀ, ਤੁਸੀਂ ਲੱਭੋ ਕਤਲ ਨੂੰ। ਸ਼ੱਕ ਦਾ ਕਾਕਾ ਸਾਨੂੰ ਤੇਰੇ 'ਤੇ ਹੈ, ਜਿਹੜੇ ਹਿਸਾਬ ਨਾਲ ਤੂੰ ਆਕੜ ਕਰਦਾ ਨਾ, ਜੇ ਸਾਡੇ ਕੋਲ ਸਬੂਤ ਆਉਂਦੇ ਤੈਨੂੰ ਪੁਲਿਸ ਕੇ ਥਾਣੇ 'ਚ ਲੈ ਕੇ ਜਾਂਦੇ। ਸਰ ਫਿਰ ਕਾਹਨੂੰ ਆਪਦਾ ਟਾਈਮ ਖਰਾਬ ਕਰਦੇ ਹੋ, ਨਾਲੇ ਮੇਰਾ, ਤੁਸੀਂ ਸਬੂਤ ਇਕੱਠੇ ਕਰ ਲਓ, ਸੱਚ ਪਤਾ ਲੱਗ ਹੀ ਜਾਣਾ ਤੁਹਾਨੂੰ। ਕੋਈ ਗੱਲ ਨਹੀਂ, ਇਦੋਂ ਬਾਅਦ ਤੈਨੂੰ ਸਬੂਤਾਂ ਦੇ ਨਾਲ ਹੀ ਮਿਲਾਂਗੇ। ਲੈ ਵੀ ਕਾਕਾ ਜੀ ਫਿੰਗਰਪ੍ਰਿੰਟ ਆ ਵੀ ਮਨ ਦੇਖਦੇ ਹਾਂ ਵੀ ਹੁਣ ਤੁਹਾਨੂੰ ਅਸੀਂ ਪੱਕੇ ਸਬੂਤਾਂ ਨਾਲ ਹੀ ਲੈ ਕੇ ਜਾਵਾਂਗੇ। ਐਸਾ ਕੋਈ ਗੱਲ, ਠੀਕ ਹੈ ਮਿਲਦੇ ਹਾਂ। ਵੈਸੇ ਇੰਨੀ ਆਕੜ ਚੰਗੀ ਨਹੀਂ, ਘੱਟ ਕਰਿਆ ਕਰ। ਠੀਕ ਹੈ ਜੀ। ਸਾਹਮਣੇ ਲਿਆ ਕੇ ਰਹਾਂਗੀ, ਚਾਹੇ ਕੁਛ ਮਰਜ਼ੀ ਹੋ ਜਾਵੇ। ਇੱਕ ਵਾਰ ਤਾਂ ਚੜ੍ਹ ਜੇ ਵੇਲ, ਫਲ ਤਾਂ ਬਥੇਰਾ ਚੱਕ ਲਓ। ਗੱਲ ਕਰ ਹੇਠਾਂ ਮੱਛੀ ਜਾਂਦੀ ਹੈ। ਬਹੁਤ ਕਰ ਲਏ ਘਰ ਦੇ ਕੰਮ ਕਾਕਾ, ਬਾਕੀ ਦੀ ਜ਼ਿੰਦਗੀ ਹੁਣ ਜੇਲ੍ਹ 'ਚ ਕੱਟੀ। ਚੱਲ ਥਾਣੇਦਾਰ ਸਾਹਿਬ ਤੁਸੀਂ ਫੇਰ ਆ ਗਏ, ਮੈਂ ਤੁਹਾਨੂੰ ਕਿਹਾ ਸੀ ਜਦ ਤੱਕ ਕੋਈ ਸਬੂਤ ਨਹੀਂ ਮਿਲਦਾ ਮੇਰੇ ਨਾਲ ਗੱਲਾਂ ਕਰੋ ਤੁਸੀਂ। ਅਸੀਂ ਵੀ ਕਿਹਾ ਸੀ ਨਾ ਜਦੋਂ ਅਸੀਂ ਆਵਾਂਗੇ ਪੱਕੇ ਸਬੂਤ ਲੈ ਕੇ ਆਵਾਂਗੇ, ਆ ਹੁਣ ਤੇਰੇ ਖਿਲਾਫ਼ ਸਾਨੂੰ ਸਬੂਤ ਮਿਲਿਆ ਅਤੇ ਚੱਲ ਥਾਣੇ। ਪਰ ਸਰ ਮੇਰੀ ਗੱਲ ਤਾਂ ਸੁਣੋ ਤੁਸੀਂ,